ਇਹ ਦੁਨੀਆ ਇੱਕ ਮੁਸਾਫਿਰ ਖਾਨਾ ਹੈ ਜਿੱਥੇ ਆਤਮਾ ਪਰਮਾਤਮਾ ਨੂੰ ਪਾਲਣ ਲਈ ਆਉਂਦੀ ਹੈ ਤੇ ਇੱਕ ਸਮੇਂ ਬਾਅਦ ਉਹਨੇ ਵਾਪਸ ਚਲੇ ਜਾਣਾ ਹੈ। ਕੀ ਕਰਨੀ ਆ, ਤੇਰਾ ਤਾਂ ਕੋਈ ਭਰਾ ਵੀ ਹੈ ਨਹੀਂ। ਲੈ ਦੱਸ, ਮੇਰੇ ਤਾਏ ਦੇ ਮੁੰਡੇ ਹੈ ਨਹੀਂ? ਉਹ ਤੁਹਾਡੇ ਆ ਕੇ ਨਹੀਂ ਖੜਦੇ ਤੇ ਤੈਨੂੰ ਉਹਨਾਂ ਦੇ ਰੱਖਣੀਆਂ ਬੰਨਣ ਦਾ ਚਾਅ ਚੜਿਆ? ਹੈਗੇ ਤਾਂ ਭਰਾ ਹੀ ਨੇ। ਉਹਦੀ ਰਜ਼ਾ ਜੇ ਹੋਵੇ ਜਸੜਾ। ਭੈਣ ਜੀ ਨੂੰ ਤਾਂ ਹੁਣ ਰੱਬ ਯਾਦ ਨਹੀਂ, ਪਹਿਲਾਂ ਜੇਠ ਜੀ ਨੂੰ ਲੁੱਤੇ ਲਾ ਕੇ ਆ ਵਿਹੜੇ ਚ ਕੰਧ ਕਢਵਾਤੀ ਤੇ ਆ ਹੁਣ ਕੁੜੀਆਂ ਦੇ ਬਾਤ ਪੈ ਗਏ। ਕਿਸੇ ਨੂੰ ਤਾਂ ਲੋਕਾਚਾਰੀ ਦਾ ਧਿਆਨ ਕਰਨਾ ਹੀ ਪੈਣਾ, ਜੇ ਵੱਡਾ ਨਹੀਂ ਕਰੋ ਤਾਂ ਛੋਟਾ ਕਰੋ। ਵੀਰੇ ਗੁੜ ਵਾਲੀ ਗੱਚਕ ਆਈ, ਇੱਕ ਮਿੰਟ ਆਇਆ ਭੈਣੇ। ਇਹਨੂੰ ਤੁਸੀਂ ਇੰਨਾ ਸਮਾਨ ਚੁਕਾਇਆ ਹੋਇਆ ਵੀ, ਇਹ ਤਾਂ ਗਰੀਬਣਾ ਜਿਹਾ ਵਿਚਾਰਾ। ਇੱਕ ਹੈ ਰੱਬ ਦਾ ਨੇਕ ਬੰਦਾ, ਬੇਸਹਾਰਾ ਬਜ਼ੁਰਗਾਂ ਦਾ ਚੁੱਲ੍ਹਾ ਚਲਾਉਣ। ਭੈਣੇ ਪਰਾਉਣੇ ਵੀ ਚੰਤੂ ਹੀ ਆਉਂਦੇ ਨੇ, ਫਿਰ ਤੁਹਾਡਾ ਪਰਾਉਣਾ ਵੀ ਚੰਤੂ ਹੀ ਆਊਗਾ। ਘੋੜੀ ਤੇ ਰਫਲ ਅਣਜਾਣ ਬੰਦਿਆਂ ਕੋ ਉਪਰਾ ਕਰ ਜਾਂਦੀ ਹੈ। ਤੇਰੇ ਦਿਲ ਨੂੰ ਲੱਗੀ ਆ ਕਦੇ ਕੋਈ? ਇੱਕ ਕੁੜੀ ਹੈ ਵੀ, ਮੈਨੂੰ ਏਦਾਂ ਲੱਗਦਾ ਵੀ ਇਹ ਨਾ ਮੈਨੂੰ ਰਾਣੀਆਂ ਵਾਂਗੂ ਰੱਖਣਗੇ, ਵੀ ਮੈਂ ਇਹਨਾਂ ਦੇ ਘਰ ਜਾ ਕੇ ਨਾ ਬੜੀ ਖੁਸ਼ ਰਹੂੰ। ਹਾਂ ਕੌਣ ਨਾ, ਕਿਵੇਂ ਹਾਲ ਹਾਲ ਕਰਦੀਆਂ ਫਿਰਦੀਆਂ ਨੇ, ਸਾਰਾ ਪਿੰਡ ਸਿਰ ਤੇ ਚੱਕ ਰੱਖਿਆ। ਜਾ ਆਉਂਦੇ ਆਉਂਦੇ ਕਰੀ। ਮੇਰੀ ਇੱਕ ਗੱਲ ਸੁਣ ਲਾ ਭਾਈ, ਮੈਨੂੰ ਤਾਂ ਆਉਂਦੀ ਲੋਹੜੀ ਤੱਕ ਤੇਥੋਂ ਮੁੰਡਾ ਚਾਹੀਦਾ। ਵੀਰੇ ਵਿਦਿਆ ਪੜ੍ਹਾਈ ਦੀ ਸੌ ਲੱਗੀ, ਮੈਂ ਟੀ ਨਹੀਂ ਬਜਾਈ। ਬੱਚੀ ਬਹੁਤ ਪਿਆਰੀ ਆ ਜੀ, ਪਰ ਜਿਸ ਹਿਸਾਬ ਨਾਲ ਵਿਦਿਆ ਪੜ੍ਹਾਈ ਦੀ ਸੌ ਖਾਂਦੀ ਆ ਨਾ, ਅੱਠਵੀਂ ਨਹੀਂ ਟੱਪਦੀ। ਮਨਜਿੰਦਰ, ਤੇਰੇ ਬੀਜੀ ਨੇ ਉਸ ਕੁੜੀ ਬਾਰੇ ਸਭ ਪਤਾ ਕਰ ਲਿਆ ਹੈ, ਵਾਕਈ ਉਹਦਾ ਚਾਲ ਚੱਲਣ ਠੀਕ ਨਹੀਂ ਹੈ। ਲੋਕਾਂ ਲਈ ਵਿਆਹ ਲਾਵਾਂ ਫੇਰੇ ਲੈ ਕੇ ਹੁੰਦਾ ਹੋਣਾ, ਪਰ ਮੇਰੇ ਲਈ ਵਿਆਹ ਬੀਜੀ ਉਸੇ ਦਿਨ ਹੋ ਗਿਆ ਸੀ ਜਦੋਂ ਤੁਸੀਂ ਸ਼ਗਨ ਪਾਇਆ ਸੀ। ਜੇ ਤੂੰ ਉਸ ਕੁੜੀ ਨਾਲ ਵਿਆਹ ਕਰਨ ਬਾਰੇ ਸੋਚਿਆ ਵੀ ਤਾਂ ਮੈਂ ਗੋਲੀ ਮਾਰ ਲਾਂਗਾ। ਪਾਪਾਂ ਦੀਆਂ ਗੱਠੜੀਆਂ ਬੰਨ ਕੇ ਗੁਰੂ ਘਰ ਆ ਕੇ ਨਵੇੜੇ ਨਹੀਂ ਆਉਣੇ। ਮੈਂ ਸਿਰਫ ਇੰਨਾ ਜਾਣਦੀ ਹਾਂ, ਜੋ ਚਾਚਾ ਜੀ ਕਹਿਣਗੇ ਉਸਨੂੰ ਮੰਨਣਾ ਹੀ ਮੇਰਾ ਫਰਜ਼ ਹੈ। ਤੂੰ ਕਿਤੇ ਗਲਤ ਰਾਹੇ ਤਾਂ ਨਹੀਂ ਤੁਰ ਪਈ? ਜੱਗੀ ਸਿਆਂ, ਜਿਹੜਾ ਆਪਣਾ ਦਿਲ ਆ ਨਾ, ਇਹ ਰੱਬ ਦਾ ਰੇਡੀਓ ਆ ਤੇ ਇਹ ਕਦੇ ਗਲਤ ਸਟੇਸ਼ਨ ਨਹੀਂ ਫੜਦਾ। ਦਿਲ ਮੇਰਾ ਰੱਬ ਦਾ ਰੇਡੀਓ, ਦਿਲ ਮੇਰਾ ਰੱਬ ਦਾ ਰੇਡੀਓ, ਦਿਲ ਮੇਰਾ ਰੱਬ ਦਾ ਰੇਡੀਓ, ਦਿਲ ਮੇਰਾ ਰੱਬ ਦਾ ਰੇਡੀਓ।